ਵਿਜੀਲੈਂਸ ਵਾਲਿਆਂ ਦੀ ਗ੍ਰਿਫਤ 'ਚ ਹੌਲੀ ਹੌਲੀ ਤੁਰੇ ਆਉਂਦੇ ਇਸ ਕਾਲੀ ਕਮੀਜ਼ ਵਾਲੇ ਬੰਦੇ ਨੂੰ ਧਿਆਨ ਨਾਲ ਦੇਖੋ। ਇਸ ਦਾ ਨਾਂ ਪਟਵਾਰੀ ਜਗਸੀਰ ਸਿੰਘ ਹੈ, ਜਿਸ ਦੀ ਹਾਲਤ ਆਪਣੇ ਕਥਿਤ ਤੌਰ ਤੇ ਪ੍ਰਿਸਟ ਅਫਸਰ ਪਰਮਜੀਤ ਸਿੰਘ ਕਰਕੇ ਹੋਈ ਹੈ। ਇਹ ਪਟਵਾਰੀ ਅਤੇ ਇਸ ਦਾ DDPO ਪੇਂਡੂ ਬੰਦਿਆਂ ਨੂੰ ਆਪਣੀ ਅਫਸਰੀ ਹੇਠ ਬਰਗਲਾ ਕੇ ਮੋਟੇ ਪੈਸੇ ਲੈਣਾ ਚਾਹੁੰਦੇ ਸਨ, ਪਰ ਪੇਂਡੂ ਬੰਦਿਆਂ ਨੂੰ ਹਲਕੇ 'ਚ ਲੈਣਾ ਇਹਨਾਂ ਦੋਵਾਂ ਨੂੰ ਭਾਰੀ ਪੈ ਗਿਆ। ਅਸਲ 'ਚ ਮਾਮਲਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਦਾ ਹੈ, ਜਿੱਥੋਂ ਦੇ ਛੱਪੜ ਦੀ ਸਫਾਈ ਪਿੰਡ ਛਾਜਲਾ ਦੇ ਸਾਬਕਾ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਵਾਈ, ਪਰ ਪਿੰਡ ਦੇ ਕੁਝ ਲੋਕਾਂ ਨੇ ਸਾਬਕਾ ਸਰਪੰਚ ਦੀ ਸ਼ਿਕਾਇਤ BDPO ਨੂੰ ਕਰ ਦਿੱਤੀ। ਸ਼ਿਕਾਇਤ ਉਪਰੰਤ ਜਦੋਂ ਸ਼ਿਕਾਇਤਕਰਤਾਵਾਂ ਦਾ ਪਿੰਡ 'ਚ ਵਿਰੋਧ ਹੋਇਆ ਤਾਂ ਉਹ ਸਾਬਕਾ ਸਰਪੰਚ ਨਾਲ ਰਾਜ਼ੀਨਾਮਾ ਕਰ ਗਏ, ਪਰ BDPO ਨੇ ਮਾਮਲਾ ਖਤਮ ਨਹੀਂ ਕੀਤਾ। ਵਾਰ ਵਾਰ ਗੇੜੇ ਮਾਰਨ ਤੇ BDPO ਨੇ ਜਦੋਂ ਰਾਹ ਨਾ ਪਾਇਆ ਤਾਂ ਅੰਤ ਪੈਸਿਆਂ 'ਤੇ ਆ ਕੇ ਗੱਲ ਮੁੱਕੀ, ਤੇ ਫਿਰ ਪੈਸੇ ਦੇਣ ਵਾਲਿਆਂ ਨੇ ਫਸਾ ਲਏ BDPO ਅਤੇ ਪਟਵਾਰੀ। ਇਹ ਸਾਡਾ ਕੋਈ ਕੇਸ ਸੀ ਨਾ ਗੋਬਿੰਦਗੜ੍ਹ ਜੇਜੀਆਂ ਦਾ ਨਾ, ਕੋਈ ਪੰਚਾਇਤੀ ਛੱਪੜ ਸੀਗਾ ਅਤੇ ਉਹ ਅਸੀਂ ਨੇ ਲੀਜ਼ 'ਤੇ ਲੈ ਕੇ ਨਾ ਅਸੀਂ ਪੰਚਾਇਤ ਨੂੰ ਅਤੇ BDPO ਦਫ਼ਤਰ ਨੂੰ ਸੂਚਿਤ ਕਰਤਾ ਲਿਖਤੀ ਰੂਪ ਦੇ ਵਿੱਚ ਵੀ ਇਹਦਾ ਜਿਹੜਾ ਰੈਨੋਵੇਸ਼ਨ ਦਾ ਕੋਈ ਇਹਦਾ ਪਟਾਈ ਦਾ ਕੰਮ ਕਰਨ, ਜਦੋਂ ਪੰਚਾਇਤ ਨੇ ਨਹੀਂ ਕੀਤਾ ਅਤੇ ਅਸੀਂ ਆਪਣੇ ਤੌਰ 'ਤੇ ਕਰ ਲਿਆ। ਜਿਹੜਾ ਵੀ ਉੱਥੇ 10-12 ਲੱਖ ਰੁਪਇਆ ਖਰਚ ਹੋਇਆ ਉਹ ਅਸੀਂ ਨੇ ਆਪਣੇ ਕੋਲੋਂ ਕੀਤਾ, ਅਤੇ ਉਸ ਤੋਂ ਬਾਅਦ ਕੁਛ ਕੁ ਬੰਦਿਆਂ ਨੇ ਇਹਦੀ ਕੰਪਲੇਂਟ ਆ ਜਿਹੜੀ DDPO ਸਾਹਿਬ ਕੋਲ ਪਾਤੀ, ਅਤੇ ਜਿਸ ਦਿਨ ਕੰਪਲੇਂਟ ਪਾਈ ਉਸ ਤੋਂ ਤੀਸਰੇ ਦਿਨ ਉਹ ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ। ਪਿੰਡ ਦੇ ਲੋਕਾਂ ਨੇ ਜਦੋਂ ਉੱਥੇ ਉਹਨਾਂ ਨੂੰ ਪੁੱਛਿਆ ਵੀ ਐਂ ਕਰਕੇ ਵੀ ਇਹਨਾਂ ਨੇ ਚੰਗਾ ਕੰਮ ਕੀਤਾ, ਵੀ ਤੁਸੀਂ ਇਹਨਾਂ ਦੀ ਕੰਪਲੇਂਟ ਕਿਉਂ ਕਰ ਰਹੇ ਹੋ, ਤਾਂ ਉਹ ਕਹਿੰਦੇ ਵੀ ਸਾਤੋਂ ਤਾਂ ਐਂ ਹੋ ਗਿਆ ਜੀ, ਆਹ ਹੋ ਗਿਆ ਜੀ, ਉਹਨੇ ਕਹਿਤਾ ਹੈ ਨਾ, ਅਤੇ ਉਹ ਸਾਡੇ ਨਾਲ ਕੰਪਰੋਮਾਈਜ਼ ਕਰ ਗਏ ਜੀ। ਉਹਦੇ ਵਿਸ਼ੇ ਦੇ ਵਿੱਚ ਮੈਂ DDPO ਸਾਹਿਬ ਨੂੰ ਮਿਲਿਆ ਵੀ ਸਰ ਐਂ ਕਰਕੇ ਇੱਦਾਂ ਇੱਦਾਂ ਅਸੀਂ ਨੇ ਕੰਮ ਕੀਤਾ, ਵੀ ਸਰਕਾਰ ਦੇਖੋ ਕਰੋੜਾਂ ਰੁਪਈਆ ਲਾ ਕੇ ਇਹੋ ਜਿਹੇ ਪ੍ਰੋਜੈਕਟ ਤਿਆਰ ਕਰਵਾ ਰਹੀ ਹੈ, ਅਸੀਂ ਸਿਰਫ ਉਹ 12 ਲੱਖ ਰੁਪਈਏ ਦੇ ਵਿੱਚ ਤਿਆਰ ਕੀਤਾ ਜੋ ਸਰਕਾਰ 1 ਕਰੋੜ ਰੁਪਈਏ ਵਿੱਚ ਕਰਦੀ ਆ, ਅਤੇ ਵੀ ਅਸੀਂ ਵਧੀਆ ਕੰਮ ਕੀਤਾ ਸਰ। ਵੀ ਐਂ ਕਰਕੇ ਵੀ ਜਿਹੜੀ ਕੰਪਲੇਂਟ ਆ ਉਹ ਬੰਦਾ ਵਾਪਸ ਲੈ ਗਿਆ, 500 ਰੁਪਏ ਦੇ ਸਟਾਮ 'ਤੇ ਸਾਡੇ ਨਾਲ ਕੰਪਰੋਮਾਈਜ਼ ਕਰ ਗਿਆ, ਵੀ ਐਂ ਕਰਕੇ ਅਸੀਂ ਆਹ ਕੀਤਾ ਜੀ। ਅਤੇ DDPO ਸਾਹਿਬ ਨੇ ਬੁਲਾ ਕੇ ਆਪਣਾ ਇਹਨਾਂ ਦਾ ਮੁੰਡਾ ਇੱਕ ਅਵਤਾਰ ਆ ਜੀ ਇੱਥੇ, ਉਹਨਾਂ ਨੂੰ ਬੁਲਾ ਕੇ ਫਾਈਲ ਸੰਭਾਤੀ ਵੀ ਐਂ ਕਰਕੇ ਵੀ ਤੁਸੀਂ ਇਹ ਮੈਨੂੰ ਧਿਆਨ 'ਚ ਲਿਆ ਦਿਓ, ਅਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਪਟਵਾਰੀ ਨੇ ਗਏ ਵੀ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ। 25,000 ਰੁਪਏ ਦੀ ਗੱਲ ਹੋਈ ਸੀਗੀ ਅਤੇ ਗੱਲ ਤਾਂ 50,000 ਤੋਂ ਚੱਲਦੀ ਸੀਗੀ, ਅਤੇ 25,000 ਰੁਪਏ ਵਿੱਚ ਆ ਕੇ ਸਾਡੀ ਫਾਈਨਲ ਹੋ ਗਈ ਸੀ। ਕਿਹਦੇ ਨਾਲ? ਜਗਸੀਰ ਸਿੰਘ ਪਟਵਾਰੀ ਨੇ ਸੁਨਾਮ ਤੋਂ, ਉਹ 2-3 ਦਿਨ DDPO ਦਫ਼ਤਰ ਬਹਿੰਦੇ ਨੇ ਅਤੇ ਉਹਨਾਂ ਦੇ ਥਰੂ ਗੱਲ ਹੋਈ ਸੀਗੀ। DDPO ਸਾਹਿਬ ਨੇ ਇਹ ਆਖਿਆ ਸੀਗਾ ਵੀ ਤੁਸੀਂ ਇਹ ਜਗਸੀਰ ਸਿੰਘ ਨਾਲ ਗੱਲ ਕਰ ਲਓ ਜਿਹੜਾ ਪਟਵਾਰੀ ਆ। ਅੱਛਾ, ਹਾਂਜੀ ਹਾਂ, ਵੀ ਕੰਮ ਤੁਹਾਡਾ ਹੋ ਜੂਗਾ। ਵੀ ਡਿਮਾਂਡ ਤੁਸੀਂ ਹੁਣ ਕਿਹਨੂੰ ਮੰਨਦੇ ਹੋ, ਪਟਵਾਰੀ ਨੂੰ ਦੋਸ਼ੀ ਮੰਨਦੇ ਹੋ, DDPO ਨੂੰ ਮੰਨਦੇ ਹੋ? ਦੇਖੋ ਜੀ, ਸਹੀ ਮੈਨੇ ਤਾਂ DDPO ਸਾਹਿਬ ਦੋਸ਼ੀ ਨੇ। ਦੇਖੋ, ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ, ਪਾਰਟੀ ਸਾਡੇ ਨਾਲ ਕੰਪਰੋਮਾਈਜ਼ ਕਰ ਗਈ, ਅਤੇ ਫਿਰ ਵੀ ਉਹਨਾਂ ਨੇ ਸਾਡਾ ਫੈਸਲਾ ਚਾਹੇ ਸਾਡੇ ਅੰਗੇਸਟ ਦੇ ਦਿੰਦੇ, ਹੈ ਨਾ, ਇੱਕ ਤਾਂ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਆ, ਹੈ ਨਾ, ਵੀ ਜੇ ਸਾਡੇ ਵਿੱਚ ਨੁਕਸ਼ ਹੀ ਅਸੀਂ ਗਲਤ ਕੀਤਾ ਤਾਂ ਸਾਡੇ ਖਿਲਾਫ਼ ਫੈਸਲਾ ਦੇ ਦਾਂ, ਸਾਨੂੰ ਕੋਈ ਦੁੱਖ ਨਹੀਂ ਹੈਗਾ। ਪਰ ਸਾਨੂੰ ਦੁੱਖ ਉੱਥੇ ਆਉਂਦਾ ਵੀ ਜਿਹੜਾ ਸਰਕਾਰ ਕੰਮ ਕਰੋੜਾਂ ਰੁਪਈਆਂ ਦੇ ਵਿੱਚ ਕਰਾ ਰਹੀ ਆ, ਵੀ ਅਸੀਂ ਉਹ 12 ਲੱਖ ਰੁਪਈਏ ਵਿੱਚ ਕਰ ਦਿਖਾਇਆ, ਹੈ ਨਾ। ਪਰ ਬਿਜ਼ਨਸ ਤਾਂ ਤਫਤੀਸ਼ 'ਚ ਪਾ ਕੇ ਛੱਡ ਰਹੀ ਉਹਨਾਂ ਨੂੰ, ਕਿਹਨਾਂ ਨੂੰ? DDPO ਸਾਹਿਬ ਨੂੰ, DDPO ਨੂੰ, ਪਟਵਾਰੀ 'ਚ ਕਰ ਰਹੇ ਨਾ ਜੀ। ਪਰ DDPO ਸਾਹਿਬ ਨੇ ਪੈਸਿਆਂ ਦੀ ਮੰਗ ਤਾਂ DDPO ਸਾਹਿਬ ਨੇ ਮੈਨੂੰ ਆਖਿਆ ਸੀ ਵੀ ਪਟਵਾਰੀ ਨੂੰ ਮਿਲ ਲਿਓ, ਅਤੇ ਪੈਸਿਆਂ ਦੀ ਜਿਹੜੀ ਗੱਲ ਆ ਪਟਵਾਰੀ ਨਾਲ ਹੋਈ ਵੀ ਇੰਨੇ ਪੈਸੇ DDPO ਸਾਹਿਬ 25,000 ਰੁਪਏ ਤਾਂ ਲੈਣਗੇ ਹੀ ਲੈਣਗੇ। ਜੀ ਹਾਂਜੀ ਹਾਂ। ਹੁਣ ਪਟਵਾਰੀ ਦੇ ਰੰਗ ਪਰ ਤੁਸੀਂ ਫੜਾਏ ਕਿਹਨੂੰ ਸੀ ਪੈਸੇ? ਪਟਵਾਰੀ ਨੂੰ ਜੀ। DDPO ਸਾਹਿਬ ਨੇ ਸਿੱਧੇ ਤਾਂ ਲਏ ਨਹੀਂ, ਸਾਤੋਂ ਸਾ ਮੈਨੂੰ ਇਹ ਕਹਿੰਦਾ ਵੀ ਪਟਵਾਰੀ ਨੂੰ ਮਿਲਣੀ ਜੀ। ਅਤੇ ਪਟਵਾਰੀ ਨੇ ਅੱਗੇ ਫੜਾਏ ਨਹੀਂ DDPO ਨੂੰ? ਅੱਗੇ ਜੀ ਇਹਨਾਂ ਦੀ ਫੋਨ 'ਤੇ ਗੱਲ ਹੋਈ ਆ। ਅੱਛਾ, ਉਸ ਤੋਂ ਬਾਅਦ? ਅੱਛਾ, ਵੀ ਪਟਵਾਰੀ ਨੇ DDPO ਸਾਹਿਬ ਨੂੰ ਫੜਾਏ ਨੇ? ਉੱਧਰ ਪੈਸੇ ਲੈਂਦੇ ਰੰਗੇ ਹੱਥੀਂ ਫੜੇ ਗਏ ਪਟਵਾਰੀ ਜਗਸੀਰ ਸਿੰਘ ਨੇ ਕਿਹਾ ਕਿ ਉਸਨੇ ਸਾਰਾ ਕੰਮ BDPO ਪਰਮਜੀਤ ਸਿੰਘ ਦੇ ਕਹਿਣ 'ਤੇ ਕੀਤਾ ਹੈ। ਕੀ ਨਾਮ ਹੈ ਜੀ? ਜਗਸੀਰ ਸਿੰਘ ਪਟਵਾਰੀ ਹੈ ਜੀ। ਜਗਸੀਰ ਸਿੰਘ, ਕੀ ਮੈਟਰ ਸੀਗਾ? ਦੇਖੋ ਜੀ, ਮੇਰੀ DDPO ਦਫ਼ਤਰ ਡਿਊਟੀ ਹੈਗੀ 2 ਦਿਨਾਂ ਵਾਸਤੇ, ਇੱਥੇ ਮੈਂ ਆਉਣਾ ਹੁੰਦਾ। ਇੱਥੇ ਨਾ ਕੇਸ ਸੀਗੇ 2 ਸਾਜਲੇ ਦੇ ਚੱਲਦੇ ਤੇ। ਕੀ ਕੇਸ? ਉਹ ਛੱਪੜ ਦੀ ਬੋਲੀ ਰੱਦ ਕਰਾਉਣੀ ਸੀਗੀ ਜਾਇਦ ਦੀ। ਅੱਛਾ, ਅਤੇ ਉਹ ਸਾਹਿਬ ਨਾਲ ਗੱਲ ਹੋ ਗਈ, ਉਹ ਕਹਿੰਦੇ ਵੀ ਇੱਕ ਬੰਦਾ ਤਾਂ ਲਿਖ ਕੇ ਦੇ ਗਿਆ ਜੀ, ਬੰਦਾ ਜਿਹੜਾ ਬੰਨੇ ਉਹਦੀ ਵੀ ਕੇਸ ਵਾਪਸ ਲੈਣਾ ਗਾ ਜੀ, ਵੀ ਇੱਕ ਪੰਚਾਇਤ ਦੇ ਹੱਕ 'ਚ, ਉਹ ਹੱਕ 'ਚ ਕਰਾਉਣਾ ਦੀ ਇੱਕ ਕੇਸ ਵਾਪਸ ਲੈਣਾ ਦੀ। ਅਤੇ DDPO ਸਾਹਿਬ ਨਾਲ ਗੱਲ ਕਰ ਲਈ ਵੀ ਤੁਸੀਂ ਦੱਸੋ ਵੀ ਇੰਨੇ। DDPO ਸਾਹਿਬ ਕਹਿੰਦੇ ਵੀ ਤੂੰ ਜਿਵੇਂ ਮਰਜ਼ੀ ਕਰ ਲਾ, ਵੀ ਮੈਂ ਕਰ ਦੂੰਗਾ ਫੈਸਲ, ਵੀ ਉਹਨਾਂ ਨਾਲ ਗੱਲ ਕਰ ਲਾ। ਅਤੇ ਮੈਂ ਕਿਹਾ ਵੀ ਤੁਸੀਂ ਦੱਸੋ ਜੀ ਕਿੰਨੇ? ਉਹ ਕਹਿੰਦੇ ਵੀ ਜਿਵੇਂ ਤੂੰ ਕਰਿਆ ਕਰ ਲਾ, ਵੀ ਧੱਕੇ ਨਾਲ ਜਦੋਂ ਕੰਮ ਕਰਾਉਂਦੇ। ਪਹਿਲੀ ਕਹਿੰਦਾ ਮੇਰੀ ਡਿਊਟੀ ਉੱਥੇ ਆ ਜੀ, ਮੈਨੂੰ ਫਿਰ 2 ਦਿਨਾਂ ਵਾਸਤੇ ਧੱਕੇ ਨਾਲ ਵੀ ਡਿਊਟੀ ਲਾਈ ਹੋਈ ਹੈਗੀ, ਫਿਰ ਧੱਕੇ ਨਾਲ ਇਹੋ ਜਿਹੇ ਕੰਮ ਕਰਾਉਂਦੇ, ਜੇ ਨਹੀਂ ਕਰਦੇ ਤਾਂ ਇਹ ਫੋਰਸਲੀ ਕਹਿੰਦੇ ਨੇ ਵੀ ਉਹ ਕਰ। ਜਦੋਂ ਮੈਨੂੰ ਕਹਿੰਦਾ ਵੀ ਤੂੰ ਕਰ, ਫਿਰ ਮੈਨੂੰ ਮਜ਼ਬੂਰੀ ਵਾਸਤੇ ਉਹਦੇ ਨਾਲ ਗੱਲ ਕਰਨੀ ਪਈ ਉਹ ਬੰਦੇ ਨਾਲ, ਸਰਪੰਚ ਨਾਲ। ਸਰਪੰਚ ਨੂੰ ਕਹਿਦਾ, ਸਰਪੰਚ ਕਹਿੰਦਾ ਵੀ ਮੈਂ ਤਾਂ ਇੰਨੇ ਕੁ ਪੈਸੇ ਦੇ ਦਾਂ। ਮੈਂ ਕਹਿੰਦਾ ਵੀ ਚਲੋ ਵੀ 25,000 ਮੈਂ ਤੇਰੀ ਗੱਲ ਕਰਾ ਦੂੰਗਾ।
ਜੋ ਪੈਸੇ ਸਿਰਫ ਡੀ ਡੀ ਪੀ ਓ ਸਾਹਿਬ ਵਾਸਤੇ ਮੰਗੇ ਤੇ ਮੇਰਾ ਉਹ 'ਚ ਕੋਈ ਉਹ ਲੱਗਦਾ ਸੀਗਾ ਨਹੀਂ, ਨਾ ਹੀ ਮੇਰਾ ਉਹ 'ਚ ਕੋਈ ਹਿੱਸਾ ਗਾ। ਫੋਨ 'ਤੇ ਮੈਂ ਉਹਨਾਂ ਨਾਲ ਸਿੱਧੀ ਗੱਲ ਕਹਿਤੀ ਵੀ ਹਾਂ ਸਰ 25,000 ਰੁਪਇਆ ਸਰ ਮੈਂ 'ਚ ਦੇ ਗਿਆ ਜੀ, ਆਹ ਤੁਹਾਡੇ ਪੈਸੇ ਨੇ ਦੱਸੋ ਤਾਂ ਮੈਂ ਤੁਹਾਨੂੰ ਫੜਾ ਜਾ। ਅਤੇ ਇੰਨਾ ਕਹਿ ਕਹੂੰਗਾ ਵੀ ਚੱਲ ਤੂੰ ਆਪਦੇ ਕੋਲ ਰੱਖ ਲਾ ਜਿਵੇਂ ਕਹੇਗਾ ਦਫ਼ਤਰ ਆ ਜੇ ਆਪਾਂ ਕਰ ਲਵਾਂਗੇ, ਉਦੋਂ ਕਹਿ ਕੇ ਫੋਨ ਕੱਟ ਗਏ। ਨਹੀਂ ਕੇਸ ਕਿਹਦੇ ਕਿਹਨੇ ਸੋਲਵ ਕਰਨਾ ਸੀ? ਡੀ ਡੀ ਪੀ ਓ ਸਾਹਿਬ ਨੇ ਕਰਨਾ ਸੀ ਸੋਲਵ ਜੀ। ਅੱਛਾ, ਉਹਨਾਂ ਨੇ ਕਰਨਾ ਸੀ, ਉਹਨਾਂ ਦੇ ਹੀ ਪੈਸੇ ਸੀ, ਉਹਨਾਂ ਨੇ ਕਿਹਾ ਸੀ ਵੀ ਗੱਲ ਪਹਿਲਾਂ ਹੱਲ ਨਹੀਂ ਕਰ ਰਹੇ ਸੀ। ਪਹਿਲਾਂ ਪੁਰਾਣਾ ਚੱਲ ਰਿਹਾ ਸੀ, ਸਰਪੰਚ ਕਹਿੰਦਾ ਵੀ ਗੱਲ ਨਹੀਂ ਕਰ ਰਹੇ, ਤੂੰ ਗੱਲ ਕਰ ਲਾਂਗੇ, ਇਹ ਤਾਂ ਹੁਣੇ ਡਿਊਟੀ ਲੱਗੀ ਸੀ ਅਤੇ ਮੈਂ ਇਹਨਾਂ ਨਾਲ ਗੱਲ ਕਰੀ, ਕਹਿੰਦਾ ਮੈਂ ਕਰ ਦੂੰਗਾ ਵੀ ਤੂੰ ਗੱਲ ਕਰ ਲਾਂਗਾ। ਕਿੰਨੇ ਪੈਸੇ, ਕੋਈ ਪੈਸੇ ਦੀ ਮੰਗ ਵੀ ਕਰੀ ਸੀ ਉਹਨਾਂ ਨੇ? ਜੇ ਉਹਨਾਂ ਨੇ ਕਿਹਾ ਵੀ ਜਿਵੇਂ ਤੂੰ ਕਹਿੰਦਾ ਕਰ ਲਾ, ਮੈਂ ਕਹਿੰਦਾ ਵੀ ਸਾਰਾ ਕਰਤਾ ਸੀ ਵੀ 25,000 ਰੁਪਇਆ ਇੱਥੇ ਕਰ ਦੂੰਗਾ। ਹੁਣ ਸੁਣੋ ਕਿਵੇਂ ਪਟਵਾਰੀ ਨੂੰ ਪੇਂਡੂ ਬੰਦਿਆਂ ਨੇ ਮੌਕੇ ਤੋਂ ਫੜਵਾਇਆ। ਇਸ ਤਰ੍ਹਾਂ ਹੀ ਜਗਸੀਰ ਸਿੰਘ ਸੀ ਸਾਡੇ ਮਦਈ, ਉਹਨਾਂ ਦਾ ਗੋਬਿੰਦਗੜ੍ਹ ਜੇਜੀਆਂ ਦੇ ਵਿੱਚ ਨਾ ਉਹਨਾਂ ਨੇ ਮੱਛੀ ਪਾਲਣ ਵਾਸਤੇ ਨਾ ਛੱਪੜ ਠੇਕੇ ਦੇ ਲਏ ਸੀ 52,000 ਰੁਪਏ ਅਗਲੇ ਸਾਲਾਂ ਲਈ। ਉਹਦੇ ਵਿੱਚ ਕੁਛ ਮਤਲਬ ਉਹਦੇ ਪਿੰਡ ਦੇ ਲੋਕਾਂ ਨੇ ਕੋਈ ਓਬਜੈਕਸ਼ਨ ਕਰਤਾ ਵੀ ਪਾਣੀ ਦੀ ਨਿਕਾਸੀ ਹੈ ਜਿਹੜੀ ਉਹ ਪ੍ਰੋਪਰ ਨਹੀਂ ਹੋਣੀ। ਉਹਨਾਂ ਨੇ DDOP ਦਫ਼ਤਰ ਜਿਹੜਾ ਹੈ ਮਤਲਬ ਇੱਥੇ ਡਿਸਟ੍ਰਿਕਟ ਦੇ ਵਿੱਚ, ਉੱਥੇ ਉਹਨਾਂ ਨੇ ਕੋਈ ਦਰਖਾਸਤ ਲਾਤੀ ਜਾਂ ਉੱਥੇ ਕੇਸ ਫਾਈਲ ਕਰਤਾ। ਉਹਦੇ ਸੰਬੰਧ ਦੇ ਵਿੱਚ ਮਤਲਬ ਇਹ ਜਿਹੜਾ ਜਗਸੀਰ ਸਿੰਘ ਪਟਵਾਰੀ ਸੀਗਾ ਉਹਦੇ ਮਤਲਬ ਉਹ ਕੇਸ ਨੂੰ ਕਲੀਅਰ ਕਰਾਉਣ ਵਾਸਤੇ ਉਹਨੇ 52,000 ਰੁਪਈਆ ਮਤਲਬ ਰਿਸ਼ਵਤ ਲਈ। ਨਹੀਂ, ਉਹ ਕਹਿੰਦੇ ਕੇਸ ਤਾਂ DDPO ਕੋਲ ਸੀਗਾ, ਮੰਗੀ ਰਿਸ਼ਵਤ DDPO ਨੇ, ਪਟਵਾਰੀ ਨੇ ਤਾਂ ਪੈਸੇ ਨਹੀਂ ਮੰਗੇ। ਨਹੀਂ ਦੇਖੋ, ਪਟਵਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਊਗੀ ਉਹਨਾਂ ਨਾਲ ਆਪਸ ਦੇ ਵਿੱਚ, ਅਤੇ ਉਹਦੇ ਕਹਿਣ ਦੇ ਉੱਤੇ ਹੀ ਮਤਲਬ ਉਹ 52,000 ਰੁਪਈਆ ਲੈਣ ਵਾਲੇ ਸੀ। ਕੇਸ ਕੌਣ ਸੋਲਵ ਕਰ ਰਿਹਾ ਸੀ ਜੀ? ਕੇਸ ਤਾਂ DDPO ਸਾਹਿਬ ਕੋਲ ਹੀ ਸੀਗਾ ਜਿਹਦੀ 18 ਤਰੀਕ ਨੂੰ ਡੇਟ ਲੱਗੀ ਹੋਈ ਸੀ। ਕਲਾਇੰਟ ਨੇ ਕਿਹਾ ਵੀ ਸਮਝੌਤਾ ਹੋ ਚੁੱਕਿਆ ਸੀ, ਸਮਝੌਤਾ ਉਹਨਾਂ ਨੇ ਸਮਝੌਤਾ ਸੀ ਨਾ ਜਿਹੜਾ ਸਮਝੌਤਾ ਸੀ ਉਹ ਪਿੰਡ ਦੇ ਨਾਲ ਹੋ ਗਿਆ ਸੀ, ਪਿੰਡ ਦੇ ਜਿਹੜੇ ਬੰਦੇ ਸੀ ਹਾਂ ਕੰਪਲੇਟਡ ਨਾਲ, ਉਹਨਾਂ ਨੇ ਉਹ ਸਮਝੌਤੇ ਦੀ ਕਾਪੀ DDPO ਨੂੰ ਦੇ ਵੀ ਦਿੱਤੀ ਸੀ। ਤੇ ਉਹਨਾਂ ਨੇ ਅੱਗੇ ਡੇਟਾਂ ਪਾਉਂਦੇ ਰਹੇ, ਉਹ ਡੇਟਾਂ ਦੇ ਵਿੱਚ ਉਹਨੇ ਜਦੋਂ ਗੱਲਬਾਤ ਕੀਤੀ DDPO ਸਾਹਿਬ, ਡਿਮਾਂਡ ਤਾਂ ਉਹਨਾਂ ਨੇ ਕੀਤੀ ਹੈ ਨਾ, ਪਰ ਉਹ ਲੈਣ ਇਹ ਪਟਵਾਰੀ ਜਗਸੀਰ ਸਿੰਘ ਆਇਆ ਸੀ। ਇਸ ਟਾਈਮ ਕੇਸ ਜਿਹੜਾ ਰਜਿਸਟਰਡ ਹੈ ਦੋਨੇ ਬੰਦਿਆਂ ਤੇ ਹੋ ਚੁੱਕਿਆ। ਜਗਸੀਰ ਸਿੰਘ ਨੂੰ ਅਸੀਂ ਰੈਡ ਹੈਂਡਡ ਟਰੈਪ ਕਰਕੇ ਉਹਨੂੰ ਮਤਲਬ ਅਰੈਸਟ ਉਹਦੀ ਪਾ ਲਈ ਹੈ। ਜਿੱਥੋਂ ਤੱਕ DDPO ਸਾਹਿਬ ਦਾ ਸਵਾਲ ਹੈ, ਅਸੀਂ ਉਹਨਾਂ ਨੂੰ ਮਤਲਬ ਪੁੱਛ ਗਿੱਛ ਕਰ ਰਹੇ ਹਾਂ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਫਤੀਸ਼। ਉਹਨਾਂ ਦਾ ਨਾਂ ਪਰਮਜੀਤ ਸਿੰਘ ਉਹਨਾਂ ਦਾ ਨਾਂ ਹੈ। PC Act ਜੋ PC Act ਦੇ ਅਧੀਨ ਜੋ ਵੀ ਅਸੀਂ ਕਾਰਵਾਈ ਹੈ PC Act 'ਚ ਹੀ ਹੋਏਗੀ। ਕਰਪਸ਼ਨ ਐਕਟ ਕਿੱਥੋਂ ਅਰੈਸਟ ਕੀਤਾ ਜੀ? ਉਹ ਸੁਨਾਮ ਤੋਂ ਕੀਤਾ ਜੀ, ਪਟਵਾਰੀ ਨੂੰ। ਹਾਂਜੀ ਹਾਂਜੀ। ਅਤੇ ਫੋਨ 'ਤੇ ਵੀ ਗੱਲ ਕੀਤੀ ਸੀ ਪਟਵਾਰੀ ਨੇ DDPO ਨਾਲ? ਹਾਂਜੀ ਬਿਲਕੁਲ ਕੀਤੀ ਸੀ, ਬਿਲਕੁਲ ਕੀਤੀ ਸੀ ਉਹਨਾਂ ਨਾਲ। ਉਹਨਾਂ ਨੇ ਕਿਹਾ ਵੀ ਮੈਂ 25,000 ਰੁਪਈਆ ਲੈ ਲਿਆ, 25,000 ਰੁਪਈਆ ਮੈਂ ਲੈ ਲਿਆ ਅਤੇ ਦੱਸੋ ਮੈਂ ਤੁਹਾਨੂੰ ਕਿੱਥੇ ਦੇਣਾ ਵਾ। ਉਸ ਤੋਂ ਬਾਅਦ ਉਹ ਆਪਣਾ ਫੋਨ ਵਗੈਰਾ ਕੱਟ ਗਏ ਅਤੇ ਉਹ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ ਫੋਨ ਵਗੈਰਾ 'ਤੇ ਨਹੀਂ ਕਰੀਦੀਆਂ ਅਤੇ ਕੋਈ ਗੱਲ ਨਹੀਂ, ਜਿਹੜਾ ਤੁਹਾਡਾ ਕੇਸ ਆ ਉਹ ਸੋਲਵ ਕਰ ਦਾਂਗੇ, ਤੁਸੀਂ ਉਹ ਲੈ ਆਏ ਹੋ, ਮੈਂ ਕੋਈ ਕੇਸ ਸੋਲਵ ਕਰ ਦਾਂਗਾ। ਜੀ ਹੁਣ ਭਾਵੇਂ ਪਟਵਾਰੀ ਆਪਣੇ ਆਪ ਨੂੰ ਬਚਾਉਣ ਲਈ ਕੁਝ ਵੀ ਕਹਿੰਦਾ ਰਹੇ, ਪਰ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪਟਵਾਰੀ ਨੇ ਪੈਸੇ ਨਹੀਂ ਸਨ ਫੜਨੇ ਤਾਂ ਉਸਨੇ DDPO ਦੀ ਸ਼ਿਕਾਇਤ ਕਿਸੇ ਉੱਚ ਅਧਿਕਾਰੀ ਨੂੰ ਕਿਉਂ ਨਹੀਂ ਕੀਤੀ? ਹਕੀਕਤ TV ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।